चलती हुई कुश्ती मैदान इन्होंने नौजवानों दरमियान है। वेखांगे कौन जितता है, कौन हरदा है, इस समय की बात है। कहिंदा साडे वांगू चाहुंदा जे तूफान थम्मणा, एक बार पैणा तैनू फेर जम्मणा, सब एक बार पौड़ियां नहीं चढ़ होणियां, काका साडियां ਉਹ ਸਾਡੀਆਂ ਰੀਸਾਂ ਨਹੀਂ ਤੈਥੋਂ ਕਰ ਹੋਣੀਆਂ ਕਾਕਾ ਸਾਡੀਆਂ। ਕਹਿੰਦਾ ਜੱਟ ਸ਼ੁਰੂ ਤੋਂ ਆ ਸ਼ੌਂਕੀ ਰਿਸਕ ਲੈਣ ਦਾ, ਆਉਂਦਾ ਇਹ ਸਵਾਦ ਗੱਲ ਮੂੰਹ ਤੇ ਕਹਿਣ ਦਾ, ਉਹ ਤੈਥੋਂ ਕੋਰੀਆਂ ਕਰਾਰੀਆਂ ਨਹੀਂ ਜਰ ਹੋਣੀਆਂ ਕਾਕਾ ਸਾਡੀਆਂ, ਉਹ ਸਾਡੀਆਂ ਰੀਸਾਂ ਨਹੀਂ ਤੈਥੋਂ ਕਰ ਹੋਣੀਆਂ ਕਾਕਾ ਸਾਡੀਆਂ। ਚਲਦੀ ਹੋਈ ਕੁਸ਼ਤੀ ਉਧਰ ਇਹਨਾਂ ਨੌਜਵਾਨਾਂ ਦਰਮਿਆਨ। ਹਾਂਜੀ ਫਰੂਕ ਅਲੀ, ਮਾਨੂੰ ਅਕਲੇ ਦਾ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਉਹ ਸਾਊਂਡ ਦੇ ਜਿੱਥੇ ਬਕਸੇ ਲੱਗੇ ਹੋਏ ਨੇ ਉੱਥੇ ਆ ਜਾਣ। ਬਹੁਤ ਬਹੁਤ ਧੰਨਵਾਦ ਹੈ। ਤੇ ਦੋ ਪਹਿਲਵਾਨ ਆ ਗਿਆ, ਅਬਦੁਲ ਗਣੀ ਆ ਜਾ ਜਲਦੀ, ਆ ਜਾ ਗਣੀ, ਇੱਥੇ ਦੋ ਪਹਿਲਵਾਨ ਚਾਹੀਆਂ। ਆ ਵਾਹ ਵੀ ਵਾਹ, ਸੋਡੀ ਵੀਰ ਕੋਮ ਫਿਰ ਕੇ ਇਧਰੋਂ ਲਾਈਵ ਵਾਲੇ ਕੈਮਰੇ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਹਿੰਦਾ ਕਾਮਿਆਂ ਨੂੰ, ਹਾਂਜੀ ਮਹਾਰਾਜ ਜੀ, ਹਾਂਜੀ ਮਹਾਰਾਜ ਜੀ, ਲਓ ਆਓ ਕੌਣ ਕੁਸ਼ਤੀ ਅੰਦਰ ਕਰੋ ਬਾਈ, ਕੁਸ਼ਤੀ ਅੰਦਰ। ਵਾਹ ਬਈ ਵਾਹ, ਕੁਸ਼ਤੀ ਕਹਿੰਦੇ ਅੰਦਰ ਕਰ ਲਿਓ, ਲਓ ਕਾਲੂ ਆ ਬਾੜੋ ਵਾਲੀ ਆ। ਦਰਸ਼ਕੋ ਜਦੋਂ ਇਹ ਆਇਆ ਤਾਂ ਤੁਸੀਂ ਤਾੜੀਆਂ ਨਹੀਂ ਮਾਰੀਆਂ, ਤੁਹਾਨੂੰ ਪਤਾ ਰੋਕ ਕੇ ਤਾੜੀਆਂ ਮਰਵਾਈਆਂ ਤੀਆਂ। ਇਹ ਉਹ ਕਾਲੂ ਆ ਬਾੜੋ ਵਾਲਾ, ਚੱਲ ਫਿਰ ਕੇ, ਚੱਲ ਫਿਰ ਕੇ ਬਬਲੂ, ਨਾਮੇ ਸ਼ਹਿਰ ਬੰਗਿਆਂ ਦੇ ਲਾਗੇ ਖੜਾ ਪੈਂਦਾ ਹੈ ਰਾਣੇ ਪਹਿਲਵਾਨ ਦਾ, ਜਿੱਥੋਂ ਦਾ ਕੀਰਤੀ ਹੈ, ਜਿੱਥੇ ਦਾ ਜੱਸਾ ਅਮਨਾ ਏ ਤਿੰਦਾ ਏ, ਕਹਿੰਦੇ ਛੋਟਾ ਮਨਾਏ, ਉਥੋਂ ਦਾ ਇਹ ਨੌਜਵਾਨ ਹੈ। ਕਹਿੰਦਾ ਕਿ ਕਾਮਿਆਂ ਨੂੰ ਮਹਿੰਗੀਆਂ ਮਸ਼ੀਨਾਂ ਖਾ ਗਈਆਂ ਤੇ ਡੱਬੀ ਵਾਲੇ ਚਾਦਰਾਂ ਨੂੰ ਜੀਨਾ ਖਾ ਗਈਆਂ, ਚਾਵਾਂ ਨਾਲ ਪਾਲੇ ਪੁੱਤ ਲਾੜ ਲੈ, ਮਹਿੰਗੇ ਮੁੱਲ ਵਿਕੀਆਂ ਜ਼ਮੀਨਾਂ ਖਾ ਗਈਆਂ ਤੇ ਕੁੱਖਾਂ ਵਿੱਚ ਕਤਲ ਹੋਣ ਕਲੀਆਂ, ਕਾਲੇ ਭੌਰਿਆਂ ਨੇ ਖੜਿਆ ਗੁਲਾਬ ਖਾ ਲਿਆ ਕਿ ਲੋਹੇ ਨਾਲ ਬਣੇ ਸੰਦ ਖਾ ਗਏ ਜੱਟਾਂ ਨੂੰ, ਤੇ ਨਸ਼ਿਆਂ ਨੇ ਰੰਗਲਾ ਪੰਜਾਬ ਖਾ ਲਿਆ, ਤੇ ਨਸ਼ਿਆਂ ਨੇ ਰੰਗਲਾ ਪੰਜਾਬ ਖਾ ਲਿਆ। ਵਾਹ ਬਈ ਵਾਹ, ਉਧਰ ਚੱਲਦੀ ਹੋਈ ਕੁਸ਼ਤੀ ਹੈ। ਕਹਿੰਦਾ ਚੀਰ ਦਿੰਦੇ ਨੇ ਪਹਾੜ, ਆਉਂਦਾ ਜਿਹਨਾਂ ਨੂੰ ਜਨੂਨ, ਤਾੜੀਆਂ ਲਾ ਦੋ ਯਾਰ, ਜਮਾ ਹੀ ਠੰਡੇ ਹੋ ਗਏ, ਕਿਆ ਹੋ ਗਿਆ ਤੁਹਾਨੂੰ? ਵਾਹ ਬਈ ਵਾਹ, ਕਿਹਦਾ ਇਹ ਪਰਸ ਡਿੱਗਿਆ? ਇੱਕ ਮਿੰਟ ਚਲੋ ਦੇਖ ਲੈਂਦੇ ਹਾਂ, ਮਾੜਾ ਲਾ ਸਮਾਂ ਫਰੂਕ। ਸੋ ਵਾਹ ਬਈ ਵਾਹ, ਆਪੋ ਆਪਣੀਆਂ ਜੇਬਾਂ ਦਾ ਧਿਆਨ ਰੱਖੋ ਬਈ। ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਾਡਾ ਆਰੰਭ ਔਖਾ ਹੋਵੇ, ਹੌਸਲਾ ਤਾਂ ਚੁੱਕ ਪਹਾੜ ਦਈਏ, ਬਿਨਾਂ ਹੌਸਲੇ ਚੁੱਕਣਾ ਖੰਭ ਔਖਾ। ਹਾਂਜੀ ਠੀਕ ਹੈ ਜੀ, ਗਣੀ ਗਣੀ ਪਹਿਲਵਾਨ ਦੇ ਤੇ ਦੋ ਪਹਿਲਵਾਨ ਜੀ, ਮਹਾਰਾਜ ਜੀ ਨੂੰ ਬੇਨਤੀ ਆ, ਤੁਸੀਂ ਆ ਜਾਓ ਜੀ ਕੁਸ਼ਤੀ ਸ਼ੁਰੂ ਕਰਵਾਉਣ ਦੇ ਲਈ। ਅਕਲ ਵੀਰੇ ਇੱਕ ਵਾਰੀ ਮੁੜ ਕੇ ਬੋਲੀ ਕਿ ਬਿਨਾਂ ਹੌਸਲੇ ਤੋਂ ਚੁੱਕਣਾ ਖੰਭ ਔਖਾ, ਕਿ ਔਖੀ ਗੱਲ ਨਾ ਕੋਈ ਜਹਾਨ ਉੱਤੇ। ਸਾਹਮਣੇ ਕੁਸ਼ਤੀ, ਸਾਹਮਣੇ ਕੁਸ਼ਤੀ, ਸਾਹਮਣੇ ਕੁਸ਼ਤੀ, ਇਹ ਬਾੜੋ ਵਾਲੀ ਆ ਕਾਲੂ ਆ, ਪਰ ਕੁਝ ਹੈ, ਕੁਝ ਹੈ। ਹਾਂਜੀ ਬਾਈ, ਪਰਸ ਡਿੱਗਿਆ ਹੋਇਆ, 11 ਰੁਪਏ ਵਿੱਚ ਹੈ ਇੱਕ।